ਬਟਾਲਾ ਦੇ ਨਜ਼ਦੀਕੀ ਪਿੰਡ ਮੈਥਲੇ 'ਚ ਇੱਕ ਸਨਸਨੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਵਿੱਚ ਪਤੀ ਨੇ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਆਰੋਪੀ ਪਤੀ ਫਰਾਰ ਦੱਸਿਆ ਜਾ ਰਿਹਾ। ਉੱਥੇ ਹੀ ਪੁਲਿਸ ਜਾਂਚ ਕਰ ਰਹੀ ਅੱਗੇ ਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਜਦੋਂ ਮ੍ਰਿਤਕ ਸੰਦੀਪ ਕੌਰ ਦੇ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਲਈ ਮਨਾ ਕਰ ਦਿੱਤਾ, ਪਰ ਬੰਦ ਕੈਮਰੇ ਦੇ ਸਾਹਮਣੇ ਉਹਨਾਂ ਦਾ ਕਹਿਣਾ ਹੈ ਕਿ ਜੁਗਰਾਜ ਸਿੰਘ ਜੋ ਕਿ ਉਹਨਾਂ ਦਾ ਜਵਾਈ ਹੈ ਅਤੇ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਜੁਗਰਾਜ ਸਿੰਘ ਪਿਛਲੇ 2 ਸਾਲ ਤੋਂ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਸੀ। ਬੀਤੀ ਰਾਤ ਉਹ ਲੁਕਦੇ ਹੋਏ ਸਹੁਰਾ ਪਰਿਵਾਰ ਪਹੁੰਚਿਆ, ਜਿੱਥੇ ਉਸਨੇ ਆਪਣੀ ਪਤਨੀ ਨੂੰ ਨਾਲ ਲੈ ਕੇ ਜੰਡਿਆਲਾ ਗੁਰੂ ਦੇ ਲਈ ਨਿਕਲਿਆ ਅਤੇ ਰਾਸਤੇ ਵਿੱਚ ਚੀਮਾ ਖੁੱਡੀ ਪਿੰਡ 'ਚ ਉਸਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਪਿੰਡ ਮੇਥਲਿਆਂ ਦੀ ਲੜਕੀ ਜੰਡਿਆਲਾ ਗੁਰੂ ਵਿਆਹੀ ਹੋਈ ਸੀ, ਲਵ ਮੈਰਿਜ ਕਰਾਈ ਸੀ ਇਹਨਾਂ ਨੇ। 31 ਤਰੀਕ ਰਾਤ ਆਪਣੇ ਪਿੰਡ ਆਈ, 31 ਨੂੰ। 2 ਤਰੀਕ ਨੂੰ ਸ਼ਾਮਾਂ ਨੂੰ ਇਹਨਾਂ ਦੇ ਘਰ ਵਾਲੇ ਦਾ ਇਹਨਾਂ ਦੇ ਘਰਦਿਆਂ ਨੂੰ ਫੋਨ ਆਇਆ ਕਿ ਮੈਂ ਆਪਣੇ ਬੱਚੇ ਅਤੇ ਆਪਣੀ ਮਾਂ ਨੂੰ ਲੈਣ ਆ ਰਿਹਾ। ਠੀਕ 11 ਵਜੇ ਆਣ ਕੇ ਉਹਨੇ ਆਪਣੇ ਬੱਚੇ ਅਤੇ ਮਾਤਾ ਘਰੋਂ ਤਿਆਰ ਕਰਵਾ ਕੇ ਅਤੇ ਆਪਣੇ ਬੱਚੇ ਅਤੇ ਮਾਤਾ ਉਹਨੇ ਇੱਕ ਗੱਡੀ ਵਿੱਚ ਬਿਠਾ ਦਿੱਤੇ, ਤਾਂ ਆਪਣੇ ਘਰ ਵਾਲੇ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਅਤੇ ਚਲਾ ਗਿਆ ਉੱਥੋਂ। ਪਿੰਡ ਚੀਮਾ ਖੁੱਡੀ ਤੋਂ ਕੱਚਾ ਪਿਆ ਇੱਕ ਬਟਾਲਾ ਰੋਡ 'ਤੇ ਚੜ੍ਹਦਾ, ਉੱਥੇ ਲਿਆ ਗਿਆ ਆਪਣੇ ਘਰ ਵਾਲੀ ਨੂੰ ਗੋਲੀਆਂ ਮਾਰ ਕੇ ਅਤੇ ਉਹਨੂੰ ਮਾਰ ਦਿੱਤਾ। ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਇਹਦੇ ਬਾਰੇ ਕੋਈ ਪਤਾ ਨਹੀਂ। ਸਾਨੂੰ ਚਾਰ ਖੋਲ ਮਿਲਿਆ ਜੀ ਮੌਕੇ ਤੋਂ। ਕਤਲ ਦਾ ਮੁਕਦਮਾ ਉਹਨਾਂ ਦੇ ਖਿਲਾਫ਼ ਦਰਜ ਹੋ ਚੁੱਕਿਆ ਜੀ, ਹੁਣ ਉਹ ਫਿਲਹਾਲ ਪੋਸਟਮਾਰਟਮ ਹੋਊਗਾ ਫਿਰ ਬਾਅਦ 'ਚ। ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ, ਇਹ ਤਾਂ ਜਦੋਂ ਤੱਥ ਸਾਹਮਣੇ ਆਉਣਗੇ ਫਿਰ। ਉਹ ਬਾਹਰਲੇ ਜ਼ਿਲ੍ਹਿਆਂ 'ਚ ਉਹਦੇ ਬਾਰੇ ਵੀ ਪਤਾ ਲੱਗ ਜੂਗਾ ਇਨਵੈਸਟੀਗੇਸ਼ਨ ਦੇ ਵਿੱਚ।